ਸਤਿ ਸ੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ABP ਸਾਂਝਾ ਤੇ ਮੈਂ ਤੁਹਾਡੇ ਨਾਲ ਅਮਨਦੀਪ ਸਿੰਘ। ਤੇ ਅੱਜ ਅਸੀਂ ਪਹੁੰਚੇ ਹਾਂ ਖਰੜ ਦੀ ਦਾਣਾ ਮੰਡੀ ਦੇ ਵਿੱਚ, ਕਿਉਂਕਿ ਕਣਕ ਦੀ ਖਰੀਦ ਜਿੱਥੇ ਸ਼ੁਰੂ ਹੋਈ ਉੱਥੇ ਮੁਕੰਮਲ ਪੱਧਰ ਦੇ ਉੱਤੇ ਪਹੁੰਚ ਚੁੱਕੀ ਹੈ। ਤੇ ਅੱਜ ਜਿਵੇਂ ਪਿਛਲੇ ਸਮੇਂ ਦੇ ਵਿੱਚ ਦੇਖਿਆ ਗਿਆ ਕਿ ਲਿਫਟਿੰਗ ਦੀ ਸਮੱਸਿਆ ਮੰਡੀਆਂ ਦੇ ਵਿੱਚ ਸੀਗੀ, ਪਰ ਖਰੜ ਦੀ ਇਸ ਮੰਡੀ ਦੇ ਵਿੱਚ ਤਕਰੀਬਨ ਇਹ ਸਮੱਸਿਆ ਹੱਲ ਹੋ ਚੁੱਕੀ ਹੈ। ਲੋਕ ਖਰੀਦਦਾਰੀ ਦੇ ਲਈ ਖਰੜ ਦੀ ਮੰਡੀ ਦੇ ਵਿੱਚ ਪਹੁੰਚ ਰਹੇ ਹਾਂ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਖਰੜ ਦੀ ਮੰਡੀ ਦੀਆਂ ਤਸਵੀਰਾਂ ਦਿਖਾ ਦਿੰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਇੱਥੇ ਕਣਕ ਜਿਹੜੀ ਆਈ ਹੋਈ ਹੈ ਉਹਦੇ ਵਿੱਚੋਂ ਸੋਰਟਿੰਗ ਕੀਤੀ ਜਾ ਰਹੀ ਹੈ, ਮਤਲਬ ਜਿਹੜੇ ਅਨਵਾਂਟਡ ਕਣਕ ਦੇ ਵਿੱਚ ਚੀਜ਼ਾਂ ਹੁੰਦੀਆਂ ਨੇ ਉਹਨਾਂ ਨੂੰ ਹਟਾਇਆ ਜਾ ਰਿਹਾ, ਸਫਾਈ ਹੋ ਰਹੀ ਹੈ। ਪਰ ਜਿਹੜੀ ਲਿਫਟਿੰਗ ਦਾ ਇੱਕ ਵਾਰੀ ਪ੍ਰਬੰਧ ਪੂਰੇ ਪੰਜਾਬ ਦੇ ਵਿੱਚ ਉੱਠਿਆ ਸੀ, ਇੱਥੇ ਕਰੀਬ ਇਹ ਸਮੱਸਿਆ ਹੱਲ ਹੋਈ ਹੈ, ਕਿਉਂਕਿ ਜਿਹੜੇ ਅੰਬਾਰ ਲੱਗੇ ਸੀ ਮੰਡੀਆਂ ਦੇ ਵਿੱਚ ਸੂਬਾ ਸਰਕਾਰ ਦੀ ਕਾਰਜ ਪ੍ਰਣਾਲੀ ਦੇ ਉੱਤੇ ਸਵਾਲ ਵੀ ਉੱਠੇ ਸੀਗੇ। ਉਹ ਸਮੱਸਿਆ ਥੋੜੀ ਇੱਥੋਂ ਠੀਕ ਹੁੰਦੀ ਨਜ਼ਰ ਆ ਰਹੀ ਹੈ, ਪਰ ਇੱਥੇ ਜਿਸ ਤਰੀਕੇ ਦੇ ਨਾਲ ਹੁਣ ਆਖਰੀ ਦੌਰ ਦੇ ਵਿੱਚ ਪਹੁੰਚ ਚੁੱਕੀ ਹੈ ਖਰੀਦ ਮੰਡੀਆਂ ਦੇ ਵਿੱਚੋਂ, ਸਿੱਧੇ ਤੌਰ ਦੇ ਉੱਤੇ ਆਮ ਲੋਕ ਵੀ ਇੱਥੇ ਖਰੀਦਦਾਰੀ ਦੇ ਲਈ ਪਹੁੰਚ ਰਹੇ ਨੇ, ਕਿਉਂਕਿ ਹੁਣ ਕਣਕ ਦਾ ਜਿਵੇਂ ਸੀਜ਼ਨ ਸੀਗਾ, ਘਰਾਂ ਦੇ ਵਿੱਚ ਆਮ ਲੋਕ ਵੀ ਜਿਹੜੇ ਕਣਕ ਸਟੋਰ ਕਰਨ ਦੇ ਲਈ ਲੈ ਕੇ ਜਾ ਰਹੇ ਨੇ, ਤਾਂ ਕਿ ਜੋ ਪੂਰਾ ਸਾਲ ਜਿਹੜੀ ਕਣਕ ਦੀ ਵਰਤੋਂ ਹੁੰਦੀ ਹੈ ਉਹਦੇ ਲਈ ਹੁਣੀ ਤੋਂ ਕਣਕ ਜਿਹੜੀ ਹੈ ਖਰੀਦ ਕਰਕੇ ਉਹਦੀ ਸਟੋਰੇਜ ਕੀਤੀ ਜਾਂਦੀ ਹੈ ਘਰਾਂ ਦੇ ਵਿੱਚ, ਤੇ ਉਸਦੇ ਨਾਲ ਜਿਹੜੇ ਵਪਾਰੀ ਨੇ ਉਹ ਵੀ ਪਹੁੰਚਦੇ ਨੇ, ਸਰਕਾਰ ਦੀਆਂ ਖਰੀਦ ਏਜੰਸੀਆਂ ਦੇ ਵੱਲੋਂ ਵੀ ਕਣਕ ਖਰੀਦੀ ਜਾਂਦੀ ਹੈ। ਖਰੜ ਦੀ ਮੰਡੀ ਦੇ ਵਿੱਚ ਵੀ ਪੁਖਤਾ ਪ੍ਰਬੰਧ ਆਮ ਤੌਰ ਦੇ ਉੱਤੇ ਅਸੀਂ ਵੀ ਤੁਹਾਨੂੰ ਦਿਖਾਉਂਦੇ ਰਹੇ ਹਾਂ ਪਲ ਪਲ ਦੀ ਤਸਵੀਰ। ਹੁਣ ਦੇ ਕੀ ਪ੍ਰਬੰਧ ਨੇ ਤੇ ਕਿਸ ਤਰੀਕੇ ਦੇ ਨਾਲ ਲਿਫਟਿੰਗ ਵਗੈਰਾ ਦਾ ਪ੍ਰੋਸੈਸ ਹੈ? ਮੇਰਾ ਨਾਮ ਨਰਿੰਦਰ ਸ਼ਰਮਾ, ਪ੍ਰਧਾਨ ਆੜ੍ਹਤੀ ਸੰਘ। ਮੈਂ ਆਪਣੇ ਵੱਲੋਂ, ਆਪਣੇ ਸਾਥੀ ਭਾਈਚਾਰੇ ਵੱਲੋਂ, ਜ਼ਿਮੀਂਦਾਰਾਂ ਵੱਲੋਂ, ਆਪਣੇ ਨਿਊਜ਼ ਦੇ ਜਿੰਨੇ ਵੀ ਪ੍ਰਬੰਧਕ ਹੈ ਸਾਰਿਆਂ ਨੂੰ ਤਹਿ ਦਿਲ ਤੋਂ ਧੰਨਵਾਦ। ਦੂਸਰੀ ਗੱਲ, ਜੋ ਕਣਕ ਦਾ ਸੀਜ਼ਨ ਸੀ ਤਕਰੀਬਨ ਉਹ ਸਮਾਪਤ ਹੋ ਚੁੱਕਿਆ ਹੈ। ਝਾੜ ਘਟਣ ਦੇ ਕਾਰਨ ਬਿਲਕੁਲ ਮੰਡੀਆਂ ਦੇ ਵਿੱਚ ਜੋ ਉਬਾਲ ਦੀ ਦਿਸ਼ਾ ਸੀ ਉਹ ਖਤਮ ਹੋ ਚੁੱਕੀ ਹੈ। ਤਕਰੀਬਨ ਖਰੜ ਮੰਡੀ ਦੇ ਵਿੱਚ 3 ਲੱਖ ਕੱਟਾ ਆਉਂਦਾ ਸੀ ਪਿਛਲੇ ਸਮੇਂ 'ਚ, ਜੋ ਕਿ ਘੱਟ ਗਿਆ, 1.5 ਲੱਖ ਕੱਟਾ ਰਹਿ ਗਿਆ। ਪਿਛਲੇ ਸਾਲ ਨਾਲੋਂ ਐਤਕੀ ਸਮੇਂ ਦੇ ਵਿੱਚ 1.5 ਲੱਖ ਕੁਇੰਟਲ, 75,000 ਕੁਇੰਟਲ, 1.5 ਲੱਖ ਕੱਟਾ ਹੀ ਆਇਆ ਖਰੜ ਮੰਡੀ ਵਿੱਚ। ਲਿਫਟਿੰਗ ਸਮੱਸਿਆ ਤਾਂ ਹੋਈ ਨਹੀਂ ਹੈ ਪੂਰੇ ਪੰਜਾਬ 'ਚ। ਅਸੀਂ ਦੇਖਿਆ ਜਿਹੜੀ ਲਿਫਟਿੰਗ ਦੀ ਅੰਬਾਰ ਲੱਗੇ ਹੋਏ ਸੀ ਕਈ ਮੰਡੀਆਂ ਦੇ ਵਿੱਚ, ਸ਼ਾਇਦ ਹੁਣ ਵੀ ਹੋਵੇ, ਮੈਂ ਯਕੀਨਨ ਨਹੀਂ ਕਹਿ ਸਕਦਾ, ਪਰ ਜਿਹੜੀ ਤੁਹਾਡੀ ਇਸ ਖਰੜ ਦੀ ਮੰਡੀ ਦੇ ਵਿੱਚ ਤਕਰੀਬਨ ਜਿਹੜਾ ਉਹ ਸਿਸਟਮ ਸੀ ਉਹ ਖਤਮ ਹੋ ਗਿਆ। ਬਿਲਕੁਲ ਉਹੀ ਮੈਂ ਬਾਤ ਕਹਿੰਦਾ ਵੀ ਸਾਰੀ ਮੰਡੀ ਦੇ ਵਿੱਚ ਜੋ ਆਮਦ ਦੀ ਜ਼ੋਰ ਸਭ ਘੱਟ ਗਿਆ ਨਾ, 1.5 ਲੱਖ ਤੇ 75,000 ਕੁਇੰਟਲ ਰਹਿ ਗਿਆ। ਜ਼ਿਮੀਂਦਾਰ ਤਾਂ ਨਿਰਾਸ਼ ਹੈ, ਉਹ ਆੜ੍ਹਤੀ ਵੀ ਨਿਰਾਸ਼ ਹੈ, ਲੇਬਰ ਵੀ ਨਿਰਾਸ਼ ਹੈ। ਜੋ ਦੂਸਰੀ ਬਾਤ ਹੈ, ਮੈਂ ਥੋੜ੍ਹੇ ਚੈਨਲ ਦੇ ਜ਼ਰੀਏ ਕਹਿਣਾ ਚਾਹੁੰਦਾ ਨਾ ਵੀ ਜਿਹੜੇ ਝਾੜ ਘਟੇ ਹੈ ਉਹਦੇ ਵਿੱਚ ਇੱਕ ਤਾਂ ਜਿਹੜੇ ਜ਼ਿਮੀਂਦਾਰ ਬੀਜ ਬੀਜਦਾ ਨਾ ਉਹ ਮਾੜੀ ਕੁਆਲਿਟੀ ਦੇ ਬੀਜ ਆਉਂਦੇ, ਦੂਸਰੀ ਬਾਤ ਜੋ ਮੈਡੀਕਲ ਦਵਾਈਆਂ ਹੈ ਪੈਸਟ ਖੇਤੀਬਾੜੀ ਦੀਆਂ ਉਹ ਬਿਲਕੁਲ ਜ਼ੀਰੋ ਡੁਪਲੀਕੇਟ, ਇਹਨਾਂ ਨੂੰ ਕੋਈ ਸਜ਼ਾ ਨਹੀਂ ਹੁੰਦੀ। 5-4 ਮਿੰਟ ਤੱਕ ਇਹ ਕੇਸ ਚੱਲਦਾ, ਉਸ ਤੋਂ ਬਾਅਦ ਰਵਾਦਾ ਪਹੁੰਚ ਜਾਂਦਾ। ਜਿੰਨੀਆਂ ਵੀ ਪੈਸਟੀਸਾਈਡ ਦਵਾਈਆਂ ਹੈ ਇਹ ਸਭ ਡੁਪਲੀਕੇਟ ਹੈ, ਇਹਨਾਂ ਦੇ 20% ਦਵਾਈ ਹੈ, 80% ਪਾਣੀ ਹੈ। ਮੈਂ ਆਪਣੇ ਜ਼ਿਮੀਂਦਾਰ ਖੂਨ ਦੇ ਨਾਤੇ ਮੈਂ 3 ਵਾਰ ਸਪਰੇਅ ਕਰ ਚੁੱਕਿਆ, 1,000 ਰੁਪਏ ਪਰ ਏਕੜ ਦੀ 3 ਵਾਰ ਸਪਰੇਅ ਕਰੀ, ਉਹਦੇ ਵਿੱਚ ਕਣਕ ਮਰ ਗਈ, ਗੁੱਲੀ ਅੰਡਾ ਹੋ ਗਿਆ। ਕਣਕ ਦਾ ਝਾੜ ਅੱਗੇ 25 ਕੁਇੰਟਲ ਦਾ, ਐਤਕੀ 8 ਕੁਇੰਟਲ ਹੈ। ਮੇਰੀ ਆ ਸਰਕਾਰ ਨੂੰ ਪੂਰੀ ਜ਼ੋਰ ਅਪੀਲ ਹੈ ਵੀ ਜਿਹੜੀਆਂ ਦਵਾਈਆਂ ਇਹ ਮਿਲਾਵਟੀ ਦਵਾਈਆਂ, ਬਿਲਕੁਲ ਮਿਲਾਵਟ ਹੈ, ਇਨਸਾਨ ਦੀ ਦਵਾਈ ਵੀ ਅਤੇ ਜੋ ਜ਼ਿਮੀਂਦਾਰ ਕੀਟਨਾਸ਼ਕ ਦਵਾਈਆਂ ਇਹ ਬਿਲਕੁਲ ਬੇਕਾਰ ਹੈ, ਕੋਈ ਸਜ਼ਾ ਨਹੀਂ ਹੁੰਦੀ। ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਡੁਪਲੀਕੇਟ ਦਵਾਈਆਂ ਵਿੱਚ ਕਿਸੇ ਨੂੰ ਕੋਈ ਵੀ ਸਜ਼ਾ ਨਹੀਂ, ਇਹਦੇ ਵਿੱਚ ਨੱਥ ਪਾਈ ਜਾਵੇ, ਸਰਕਾਰ ਇਹਦੇ ਵਿੱਚ ਮੌਜੂਦ ਹੈ। ਜਿਵੇਂ ਝਾੜ ਘਟਿਆ ਹੈ ਸਿੱਧੇ ਤੌਰ ਦੇ ਉੱਤੇ ਕਿਸਾਨਾਂ ਦੇ ਉੱਤੇ ਵੀ ਅਸਰ ਪਿਆ ਹੈ, ਕਿਉਂਕਿ ਉਹਨਾਂ ਨੇ ਜੋ ਐਕਸਪੈਕਟੇਸ਼ਨ ਸੀਗੀ ਉਹਨਾਂ ਦੀ ਵੀ ਹਾਂ ਇੰਨਾ ਝਾੜ ਹੋਣਾ ਹੈ, ਉਹਦੀ ਬਜਾਏ ਅੱਧਾ ਰਹਿ ਗਿਆ, ਤੁਹਾਨੂੰ ਕਿੰਨਾ ਕਿਹਦੇ ਨਾਲ ਨੁਕਸਾਨ ਹੋਇਆ, ਕਿੰਨਾ ਕੁ ਫਰਕ ਪਿਆ? ਜਿਹੜਾ ਜ਼ਿਮੀਂਦਾਰ ਹੈ ਜੀ ਉਹਦਾ ਨੁਕਸਾਨ ਹੋ ਗਿਆ, ਉਹਨੂੰ ਉਹਦੀ ਝਾੜ ਘੱਟ ਹੋਇਆ, ਅਸੀਂ ਤਾਰ ਉਹਨੇ ਸਾਡੇ ਕੋਲ ਫਸਲ ਘੱਟ ਆਈ ਹੈ। ਜਿਹੜਾ ਲੇਬਰ ਵਾਲਾ ਉਹ ਤਾਰ ਹੁੰਦਾ ਵੀ ਤੁਸੀਂ ਪੈਸੇ ਨਹੀਂ ਬਣੇ ਤਾਂ ਨਹੀਂ ਆਇਆ, ਅਸਲੀ ਤੱਕ ਤਾਂ ਅਸਲ ਤੱਕ ਤਾਂ ਕੋਈ ਪਹੁੰਚਦਾ ਹੀ ਨਹੀਂ ਹੈ, ਜ਼ਿਮੀਂਦਾਰ ਤੱਕ ਨਹੀਂ ਕੋਈ ਪਹੁੰਚਦਾ। ਜਿਹੜੀ ਝਾੜ ਹੈ ਉਹ ਘਟਣ ਦਾ ਕਾਰਨ ਆ ਗਿਆ ਵੀ 3-3 ਵਾਰੀ ਸਪਰੇਅ ਕਰ ਲਈ ਫਸਲ ਦੇ ਉੱਤੇ, ਜਿਹੜੀ ਚੀਜ਼ ਦੀ ਅਸੀਂ ਸਪਰੇਅ ਕਰਦੇ ਹਾਂ ਉਹ ਉੱਗੀ ਜਾ ਰਹੀ ਹੈ, ਜਿਹੜੀ ਚੀਜ਼ ਬਚਾਉਣੀ ਹੈ ਉਹ ਹੇਠ ਜਾਂਦੀ ਰਹੀ। ਕਿਸਾਨ ਕਹਿੰਦੇ ਵੀ ਸਾਨੂੰ ਪ੍ਰਤੀ ਏਕੜ ਜਾਂ ਮਤਲਬ ਪ੍ਰਤੀ ਕੁਇੰਟਲ 500 ਰੁਪਏ ਬੋਨਸ ਦਿੱਤਾ ਜਾਵੇ, 500 ਰੁਪਏ ਬੋਨਸ ਦੀ ਮੰਗ ਕੀਤੀ ਜਾ ਰਹੀ ਹੈ, ਤੁਹਾਨੂੰ ਕਿੰਨਾ ਕੁ ਨੁਕਸਾਨ ਹੋਇਆ, ਤੁਹਾਡੀ ਭਰਪਾਈ ਕਿਵੇਂ ਹੋ ਸਕਦੀ ਹੈ? ਅਸੀਂ ਤਾਂ ਜੀ ਹੁਣ ਜ਼ਿਮੀਂਦਾਰ, ਜਿਹੜਾ ਸਾਡਾ ਪੇਸ਼ਾ ਹੈ ਖਾਨਦਾਨੀ ਪੇਸ਼ਾ, ਜ਼ਿਮੀਂਦਾਰ ਦੇ ਨਾਲ ਚੱਲਦਾ,
अगे तो ट्राली उपर कर आराम रोवल आना था भी मारदा जवानी मेले आ गया हूं चेहरा ही दस हो गया हूं कहीं कुछ साड़ा करजा कुछ बैंक का करजा किसी ने जीवन ब्याह करना है किसी ने किश्तां देनी कि हालत तस जो होगी जेड़ा खेती बाड़ी का किया है हूं लाहेवंद नहीं रहा किया जा सकता मतलब की स्टेप चकने चाहिए सरकार जिम्मे क्या बीज माड़ा है जेडे पेस्टिसाइड भी घटिया क्वालिटी बिलकुल सरकार बीज है वह सरकारी दफ्तर से ही मिलने चाहिए पहली गल जो दवाइया जी मैडिकल दवाइया सारिया ही उन्होंने पर इको हूँ जीवन जेड़ा आता उ डब्बा दे दिता डब्बे उ दवाइया सारिया पुरानी वो पैकिंग हो जाती है ये सजा होनी चाहिए है जेडे कम बंद एक अधिकारी भ्रिष्ट हो जाए तो हेठ तक डंडा भ्रिष्ट चले जाता है जिम का डब्बे ले जाता दवाई स्प्रे नहीं मारती किसी पर कितना कार्रवाई होंगी है दसो मैं भी कार्रवाई हुई कभी जेड़ा हथियार वो एक बार कतल कर दिता ठीक है जो मिलावट वे हथियार है किनिया ही जन्ना लेंगे किन्ना नुकसान हो रहा कोई देखता कोई नहीं इस मामले च सारे नंगे हर शख्स से उल्लू बैठे सो जिमें ये तस्वीर जिम्मे इन्होंने कहा भी हां झाड़ कटिया है सीधे तौर आड़ती है भी ए प्रभावित हुए ने मंडी ने कुछ होर तस्वीर भी दिखावा क्योंकि हूं इतने आम लोग भी पहुंच चुके ने जिहड़ी कणक की खरीद के लिए गलबात इसे तरह ही करांगे पर इतने छोटे जे ब्रेक के लिए रुकते हैं ब्रेक तो बाद किसानां दे नाल भी गल करावांगे जिहड़े खरीदार करन दे लई इत्थे पहुंच रहे ने उहनां दे नाल भी गल करवावांगे कि इन्हां नूं किन्ना नुकसान होया है लोक किवें प्रभावित हो रहे ने इत्थे छोटे जे ब्रेक दे लई रुकदे हां।